कोई भी काम आवे दे, काम दे मगर आ जांदा अल्लाह इजाद रही कोई नहीं। ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ ਜ਼ਿਆਦਾ ਲੋਕਾਂ ਦਾ ਰੁਝਾਨ ਹੈ ਇਸ ਪਾਸੇ ਵੇ, ਜ਼ਿਆਦਾ ਲੋਕਾਂ ਦਾ ਬੜਿਆ ਲੋਕਾਂ ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਹੈ ਬਸ, ਕਿਤੇ ਕੋਈ ਵੀ ਨਹੀਂ ਕਰ ਸਕਦਾ, ਕਹਿੰਦਾ ਚਲੋ ਇਹ ਘਰ ਡੰਗਰ ਚਾਰ ਰੱਖ ਲੈਣੇ, ਹਾਂ ਭਾਈ ਅਨਪੜ੍ਹ ਕੋਲ ਵੀ ਚੱਲ ਜਾਂਦਾ ਹੈ। ਠੀਕ ਹੈ, ਆਹੀ ਮੁਨਾਫਾ ਵੀ ਅੱਲਾਹ ਇਜਾਜ਼ਤ ਦਿੰਦੀ ਹੈ। ਤੇ ਇਹ ਲਾਕਡਾਊਨ ਦੇ ਵਿੱਚ ਜਾਂ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਕੋਈ ਡਿਮਾਂਡ ਘਟੀ ਤਾਂ ਨਹੀਂ ਇਹਦੀ? ਨਹੀਂ ਨਹੀਂ ਜੀ, ਇਨਸ਼ਾਅੱਲਾ ਤਾਲਾ ਇਹਦੀ ਕੋਈ ਘਟੀ। ਅੱਛਾ, ਯਾਨੀ ਇਹ ਵੇਖ ਲਓ ਆ ਉਹ ਕੰਮ ਹੈ ਜਿਹੜਾ ਸਦਾ ਬਹਾਰ ਹੈ। ਹਾਂਜੀ ਬਿਲਕੁਲ, ਤੇ 12 ਮਹੀਨੇ ਦੇ ਤੇ ਜਿਹੜਾ ਨਾ ਉਹ ਅੱਲਾਹ ਦੀ ਰਹਿਮਤ ਰਹਿੰਦੀ ਹੈ। ਹਾਂਜੀ ਹਾਂਜੀ, ਕਿ ਦੁੱਧ ਦੀ ਦਹੀਂ ਦੀ ਡਿਮਾਂਡ ਘਟ ਨਹੀਂ ਸਕਦੀ। ਨਹੀਂ ਘਟਦੀ, ਤੇ ਲਿਹਾਜ਼ਾ ਫਿਰ ਇਹ ਕੰਮ ਜਿਹੜਾ ਰਵੇ ਸਦਾ ਬਹਾਰ ਹੈ। ਅਜੀ ਮਾਨਸ਼ਾਅੱਲਾ ਤਾਲਾ 1000 ਰੁਪਏ ਦਾ ਮੈਂ ਦੁੱਧ ਦੇ ਨਾ, ਅਰ ਅੱਲਾਹ ਦੇ ਫਜ਼ਲ ਕੋ ਅੱਧੇ ਪੈਸੇ ਬਚਾ ਹੀ ਛੱਡਦੀ। ਯਾਨੀ ਬੜਾ ਵੀ ਖੁੱਲਾ ਡੁੱਲਾ ਖਰਚ ਕਰੀਏ ਫਿਰ ਵੀ ਅੱਧੇ ਪੈਸੇ ਬਚਾਏ, ਅੱਧੇ ਬਚਾ ਛੱਡਦੀ ਵਾਕਿਆ। ਸਹੀ ਹੋ ਗਿਆ। ਇੱਕ ਮੱਝ ਤੂੰ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਸੂਏ ਲੈਣੇ ਚਾਹੀਦੇ ਨੇ? ਇੱਕ ਮੱਝ ਨੂੰ ਇਹੋ ਬਈ 4-5 ਸੂਏ ਚੁੰਗੀ, 4 ਸੂਏ ਤੇ ਅਗਾਂ ਕਰ ਛੜੀ ਜੀ, ਫਿਰ ਉਹ ਨੁਕਸਾਨ ਚ ਨਹੀਂ ਜਾਂਦੀ? ਹਾਂ ਨਹੀਂ, ਨੁਕਸਾਨ ਵੀ ਜਾਂਦੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਈ ਜਨ ਕੀ ਹਾਲ ਹੈ ਤੁਹਾਡਾ? ਠੀਕ ਠਾਕ ਦੁਆ ਸ਼ੁਕਰ ਅੱਲਾਹ ਦਾ। ਤੇ ਨਾਂ ਕੀ ਹੈ ਮੇਰੇ ਭਾਈ ਦਾ? ਖਲੀਲ ਅਹਿਮਦ। ਖਲੀਲ ਅਹਿਮਦ ਸਾਹਿਬ ਕਿਹੜਾ ਪਿੰਡ ਹੈ ਤੁਹਾਡਾ? ਅਹਿਮਬਲਪੁਰ। ਅਹਿਮਬਲਪੁਰ ਜੀ। ਤੇ ਮਾਸ਼ਾਅੱਲਾ ਜਾਨਵਰਾਂ ਦਾ ਕੰਮ ਤੁਸੀਂ ਕਰ ਰਹੇ ਹੋ ਜੀ, ਕਿੰਨੀ ਦੇਰ ਤੋਂ ਕਰ ਰਹੇ ਹੋ ਕੰਮ ਹੈ? ਅਸੀਂ ਜੀ ਬਾਬਾ ਮੈਂ ਬਚਪਨ ਤੋਂ ਟੁਰ ਗਏ ਉਹ ਕੰਮ ਕਰ ਰਹੇ ਹਾਂ। ਬਚਪਨ ਤੋਂ ਇਹ ਕੰਮ ਕੀਤਾ ਜੀ? ਕੀ ਗੱਲ ਹੈ, ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ? ਭਾਜੀ ਫਿਰ ਇਹਦੇ ਵਿੱਚ ਹੀ ਫਸੇ ਹਾਂ, ਫਿਰ ਇਹੋ ਕਰਨੇ ਵੇ। ਸਹੀ ਹੈ, ਯਾਨੀ ਤੁਸੀਂ ਹੋਰ ਕਿਸੇ ਕੰਮ ਨੂੰ ਪ੍ਰੈਫਰ ਨਹੀਂ ਦਿੱਤੀ? ਜੀ ਨਹੀਂ ਦਿੱਤੀ। ਤੇ ਕੋਈ ਸਾਲ ਦੱਸ ਸਕਦੇ ਹੋ ਕਿ ਕਿੰਨੇ ਕੁ ਸਾਲ ਤੁਹਾਨੂੰ ਹੋ ਗਏ ਨੇ ਲਗਭਗ ਇਸ ਕੰਮ ਨੂੰ ਕਰਦਿਆਂ? ਤਕਰੀਬਨ ਜੀ ਜਿਉਂ ਦੀ ਅਸੀਂ ਉਹ ਸੰਭਾਲੀ ਹੈ ਨਾ। ਅੱਛਾ ਭਾਈ ਹਲੀਲ ਹੈ, ਦੱਸਣਾ ਜੇ ਜੀ ਕਿ ਇਸ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਹੋਗੇ? ਅੱਛਾ ਕਹੋਗੇ, ਬੁਰਾ ਕਹੋਗੇ, ਮਿਹਨਤ ਤਲਬ ਕਹੋਗੇ, ਨਿਚੋੜ ਕੱਢਣਾ ਜੇ ਤਾਂ ਸੱਚੀ ਤਾਂ ਖਰੀ ਗੱਲ ਕਰਨੀ ਜੀ ਜੀ ਨਹੀਂ ਜੀ ਕੰਮ ਇਨਸ਼ਾਅੱਲਾ ਤਾਲਾ ਅੱਛਾ ਹੀ ਹੈਗੇ। ਅੱਛਾ, ਆ ਮਿਹਨਤ ਬੜੀ ਹੈ, ਮਿਹਨਤ ਬੜੀ ਹੈ। ਇਸ ਟਾਈਮ ਤੁਹਾਡੇ ਕੋਲ ਡੰਗਰ ਕਿੰਨੇ ਨੇ? ਆ ਇਸ ਟਾਈਮ ਇਨਸ਼ਾਅੱਲਾ ਤਾਲਾ ਕੋਈ 40 ਡੰਗਰ ਆਈ ਨੇ ਛੋਟੇ ਮੋਟੇ। ਜ਼ਿੰਦਾਬਾਦ। ਅੱਛਾ ਮੈਨੂੰ ਦੱਸਿਓ ਕਿ 40 ਡੰਗਰਾਂ ਨੂੰ ਅਗਰ ਪਾਲਣਾ ਹੈ ਤਾਂ ਕਿੰਨੀ ਪੈਲੀ ਚਾਹੀਦੀ ਹੁੰਦੀ ਹੈ? ਪੱਠੇ ਜੀ ਤਕਰੀਬਨ ਇਹਨਾਂ ਲਈ ਕੋਈ ਤਕਰੀਬਨ 10 ਕਿੱਲੇ ਪੱਠੇ ਚਾਹੀਦੇ ਨੇ ਇਹਨਾਂ ਲਈ। 40 ਲਈ? 40 ਡੰਗਰਾਂ ਲਈ। ਉਹ ਦੋਵਾਂ ਸੀਜ਼ਨਾਂ ਵਿੱਚ ਗਰਮੀ ਸਰਦੀ ਪੂਰੇ ਹੋ ਜਾਣਗੇ? ਹਾਂ ਇਨਸ਼ਾਅੱਲਾ ਤਾਲਾ ਪੂਰੇ ਹੋ ਜਾਣਗੇ। ਨਾਲ ਸੁੱਕਾ ਵੀ ਮੰਗਣਾ ਮੈਂ ਗਰਮੀਆਂ ਵਿੱਚ, ਜੋ ਸਿਆਲ ਵਿੱਚ ਪਰਾਲੀ ਦੇ, ਪਰਾਲੀ ਤਾਂ ਚੱਲਦੀ, ਨਾਲ ਤੂੜੀ ਹੁੰਦੀ ਹੈ, ਸੁੱਕਾ ਵੀ ਵਿੱਚ ਚਾਹੀਦਾ, ਕੋਈ ਅੱਖ ਨੂੰ ਛੜੇ ਨਾਲ ਬਾਈ ਹਰੇ ਨਾਲ ਰਾਜੀ ਜਾਣ ਬਾਈ ਚਰੀ ਨਾਲ ਜਾਂ ਬਾਈ ਛਟਾਲੇ ਨਾਲ ਸਿਆਲ ਵਿੱਚ, ਉਹ ਨਹੀਂ ਗੱਲ ਬਣਦੀ। ਅਸੀਂ 40 ਡੰਗਰਾਂ ਦੀ ਗੱਲ ਕਰਨੇ ਆ ਨਾ। ਹਾਂਜੀ, 40 ਡੰਗਰਾਂ ਨੂੰ ਸਾਂਭਣ ਵਾਸਤੇ ਬੰਦੇ ਕਿੰਨੇ ਚਾਹੀਦੇ ਨੇ? ਬੰਦੇ ਤਕਰੀਬਨ 4 ਚਾਹੀਦੇ ਨੇ। 4 ਚਾਹੀਦੇ ਨੇ, ਯਾਨੀ 10 ਡੰਗਰਾਂ ਤੇ ਇੱਕ ਬੰਦਾ? ਬਿਲਕੁਲ। 40 ਡੰਗਰਾਂ ਵਿੱਚ ਛੋਟੇ ਜਾ ਵੀ ਹੋਣਗੇ ਕੁਝ? ਆ ਬਿਲਕੁਲ, ਛੋਟੇ ਵੀ ਹੋਣਗੇ, ਉਹਨਾਂ ਦੀ ਵੀ ਜ਼ਾਹਰ ਸੰਭਾਲ ਹੈ। ਆ ਬਿਲਕੁਲ ਜੀ, ਠੀਕ ਹੋ ਗਿਆ। ਉਹ ਵੀ ਸੰਭਾਲ ਨਾਲ ਹੀ ਵੱਡੇ ਹੋਣੇ ਨੇ, ਛੋਟਿਆਂ ਦੇ ਇੰਨੇ ਵੱਡੇ ਹੋਏ ਦੇ। ਤੇ ਬਿਲਕੁਲ ਇੰਜੀ ਗੱਲ ਹੈ। ਹਾਂਜੀ, ਤੁਸੀਂ ਕੀ ਪ੍ਰੈਫਰ ਦਿੰਦੇ ਹੋ, ਯਾਨੀ ਛੋਟੇ ਜਾਵਾਂ ਨੂੰ ਵੇਚਣਾ ਬਿਹਤਰ ਹੈ ਜਾਂ ਉਹਨਾਂ ਨੂੰ ਜਵਾਨ ਕਰਕੇ ਵੇਚਣਾ ਬਿਹਤਰ ਹੈ? ਮਤਲਬ ਛੋਟਾ, ਬਿਲਕੁਲ ਛੋਟਾ ਤਾਂ ਵਿਕਦਾ ਨਹੀਂ, ਕੋਈ 2-4 ਮਹੀਨੇ ਦੇ ਮੈਂ ਦੁੱਧ ਸ਼ੁੱਧ ਪੀਏ ਪੱਠੇ ਨੂੰ ਲੱਗ ਜਾ ਕੇ ਲੈ ਜੀ, ਫਿਰ ਉਹ ਵੇਚਣਾ ਵੀ ਬਿਹਤਰ ਹੁੰਦਾ ਜੇ ਪਾਲ ਲਓ ਤੇ, ਉਹ ਬਹੁਤਾ ਫਾਇਦਾ ਹੋ ਜਾਂਦਾ, ਬਹੁਤਾ ਇਜ਼ਾਫਾ ਹੋ ਜਾਂਦਾ, ਉਂਝ ਜ਼ਿਆਦਾ ਪਾਲ ਕੇ ਫਾਇਦਾ ਹੁੰਦਾ, ਬਹੁਤਾ ਪਾਲ ਕੇ ਤੇ ਗਿਆ ਹੀ ਪਾ ਦੇ। ਸਹੀ ਹੈ, ਤੁਸੀਂ ਅਗਰ ਨਵੀਂ ਮੱਝ ਲੈਣੀ ਹੋਏ ਤੇ ਕਿਹੜੀ ਨਸਲ ਨੂੰ ਤਰਜੀਹ ਦੇਵੋਗੇ? ਨਸਲ ਜੀ ਮੱਝਾਂ ਸਵਾਈ ਤੋਂ ਸਵਾਈਆਂ ਨੇ ਜੋ ਸਭ, ਅੱਜ ਕੋਈ ਚੰਗੀ ਨਸਲੀ ਹੋਏ। ਨਸਲੀ ਕਿਹੜੀ ਮੱਝ ਨੂੰ ਕਹਿੰਦੇ ਹੋ? ਨਸਲੀ ਤਾਂ ਕਹਿੰਦੇ ਅਸੀਂ ਮੱਝ, ਕਿਹੜੀ ਵਾਰੀ ਕਹਿੰਦੇ ਨੇ, ਵਾਰਾ ਮੱਝ, ਵਾਰੀ ਮੱਝ, ਵਾਰ ਦੀ ਜਿਹੜੀ ਮੱਝ ਹੁੰਦੀ ਹੈ, ਜਿਹੜੀ ਰਾਵੀ ਵਗੈਰਾ। ਜੀ ਜੀ ਜੀ, ਸਹੀ ਹੋ ਗਿਆ। ਹਾਂਜੀ, ਤੁਹਾਡੇ ਕੋਲੋਂ 25 ਸਾਲਾਂ ਵਿੱਚ ਕੋਈ ਐਸੀ ਮੱਝ ਗੁਜ਼ਰੀ ਹੋਏ ਜਿਹਨੇ ਬੜਾ ਦੁੱਧ ਦਿੱਤਾ ਹੈ, ਉਹ ਕਿੰਨਾ ਕੁ, ਵੱਧ ਤੋਂ ਵੱਧ ਕਿੰਨਾ ਕੁ ਦਿੱਤਾ ਹੈ? ਵੱਧ ਤੋਂ ਵੱਧ ਜੀ ਮੱਝ ਚੰਗੀ ਤੋਂ ਚੰਗੀ ਇਹੋ ਮੱਝ ਦੁੱਧ ਦਿੰਦੀ ਹੈ, 12-14 ਕਿਲੋ ਤੋਂ ਉੱਤੇ ਮੈਂ ਹੀ ਦੁੱਧ ਇੱਕ ਟਾਈਮ ਦਾ, ਦੋ ਟਾਈਮਾਂ ਦਾ। ਅੱਛਾ, ਇੱਕ ਟਾਈਮ 14-15 ਤੱਕ ਜਾਂਦੀ ਹੈ? ਜੀ ਜੀ, ਚੰਗੀ ਆ, ਬੜੀ ਵੀ ਗਈ, ਚੰਗੀ ਮੈਂ ਚੰਗੀ। ਕੁਛ ਲੋਕ ਕਹਿੰਦੇ ਨੇ ਕਿ ਇਹ 20 ਤੱਕ ਵੀ ਜਾਂਦੀ ਹੈ, 25 ਤੱਕ ਵੀ ਜਾਂਦੀ ਹੈ, ਉਹ ਕਿਹੜੀਆਂ ਮੱਝਾਂ ਹੁੰਦੀਆਂ? ਨਹੀਂ ਉਹ ਹੁੰਦੀਆਂ ਹੁੰਦੀਆਂ ਨਾ, ਉਹ ਕੋਈ ਹੁੰਦੀਆਂ ਕਿਤੇ 100 ਵਿੱਚੋਂ ਕੋਈ ਟਾਵੀਂ ਇੱਕ ਅੱਧੀ। ਤੁਹਾਡੇ ਤਜਰਬੇ 'ਚ ਇਹ ਗੱਲ ਆਈ ਹੈ ਕਿ ਮੱਝਾਂ ਜਿਹੜੀਆਂ ਨੇ ਉਹ 12-15 ਤੋਂ ਉੱਤੇ ਨਹੀਂ ਜਾਂਦੀਆਂ? ਨਹੀਂ ਜਾਂਦੀਆਂ, ਬਿਲਕੁਲ ਸਹੀ ਹੋ ਗਿਆ। ਤੇ ਕੋਈ ਇੱਕ ਅੱਧੀ ਕੋਈ ਵਿੱਚੋਂ ਉਹਨਾਂ ਨੂੰ ਨੀਰ ਰੱਬ ਦੇ ਹੜੇ ਤੇ? ਹਾਂ ਬਿਲਕੁਲ ਬਿਲਕੁਲ ਸਹੀ ਹੋ ਗਿਆ। ਅਗਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਦੁੱਧ ਲੈਣਾ ਹੈ, ਹਾਂਜੀ ਹਾਂਜੀ, ਮਸਲਨ ਮੈਂ ਇਸ ਕਾਰੋਬਾਰ ਨੂੰ ਕਰਨਾ ਪਿਆ, ਮੈਂ ਕਹਿੰਦਾ ਮੇਰੇ ਕੋਲ ਇੱਕ ਮੱਝ ਹੈ ਜਿਹੜੀ 7 ਜਾਂ 8 ਕਿਲੋ ਦੁੱਧ ਦਿੰਦੀ ਹੈ ਜਾਂ 5 ਕਿਲੋ ਦੁੱਧ ਦਿੰਦੀ ਹੈ, ਜੀ ਜੀ ਜੀ, ਤੇ ਕਿਉਂਕਿ ਪੱਠੇ ਤੇ ਮੈਨੂੰ ਉਨੇ ਹੀ ਪਾਣੇ ਨੇ, ਮਿਹਨਤ ਤੇ ਮੇਰੀ ਉਨੀ ਲੱਗਦੀ, ਮਿਹਨਤ ਤੇ ਉਨੀ ਹੈ ਵਕਿਆ, ਤੇ ਮੈਂ ਅਗਰ ਉਹਦਾ ਦੁੱਧ ਵਧਾਉਣਾ ਚਾਹਾਂ ਜੀ ਜੀ, ਉਹਦੀ ਕਿਸ ਤਰ੍ਹਾਂ ਸੇਵਾ ਕਰਾਂ ਉਹਦਾ ਦੁੱਧ ਵੱਧ ਜੇ? ਸੇਵਾ ਜੀ ਦੁੱਧ ਮੈਂ ਜੀ ਭਾਅ ਜੀ ਕਿੰਨੇ ਮਰਜ਼ੀ ਸੇਵਾ ਕਰੋ, ਵੰਡਾ ਕਿੰਨਾ ਮਰਜ਼ੀ, ਮੈਂ ਦੁੱਧ ਇਹੋ ਜਿਹੀ 10-12 ਕਿਲੋ ਜੀ। ਅਗਰ 10-12 ਕਿਲੋ ਦੁੱਧ ਉਹ ਤੋਂ ਅਗਰ 2 ਜਾਂ 3 ਕਿਲੋ ਵਧਾਉਣਾ ਹੋਏ ਤੇ ਫਿਰ ਵੰਡੇ ਦੀ ਮਿਕਦਾਰ ਵਧਾ ਲਈਏ? ਹਾਂ ਫਿਰ ਵੰਡਾ ਹੀ ਵਧਾਉਣਾ ਪੈਂਦਾ, ਤੇ ਬਹੁਤਾ ਵੰਡਾ ਪਾਉਣਾ ਦੁੱਧ ਵੱਧ ਜਾਂਦਾ? ਹਾਂ ਬਿਲਕੁਲ, ਫਿਰ ਤਾਂ ਵੱਧਦਾ ਹੀ। ਸਹੀ ਹੋ ਗਿਆ। ਅਗਰ ਅਸੀਂ ਵੰਡਾ ਬਹੁਤਾ ਪਾਉਂਦੇ ਹਾਂ ਜੀ,
अगर चंगी नसल की मझ चंगा दे दुध देने वाली मझ यार कि बचाई जाती है जी मन शाला ज़्यादा 1,000 रुपये का मैं दुध देन अगर अल्लाह के फज़ल अद्धे पैसे बचा ही छड़ी यानी बड़ा भी खुला डुला हर्ज करिए फिर भी अद्धे पैसे बचाए अद्धे बचा छड़ी बाकी सही हो गया। हाँ जी तो यदा मतलब यह हो कि अगर असी 10 मझा रखिया ने जी जी दस ही अगर दुध दिदिया ने तो उन्होंने अगर 10,000 का दुध हूँ तो दिहाड़ी का 5,000 तो बच ही जाता है बिल्कुल बच जाता खर्चा खुर्चा सारा कट बिल्कुल खर्च खराबा कट इन्ना बच जाता सही हो गया। अच्छा तुम यह दस्यो कि मझा चराते हो इस टाइम। हाँ जी हाँ जी तो मझा चरा के खर्चा घटाया जा सकता है चरा के फिर पठान का खर्चा घटता ही। अच्छा हाँ जी तो थोड़ी नज़र च की बेहतर है कि इन्हों धुप्पे रखना या चार चूर के मझा फिर टुटदी रही टाइम नहीं मिलता नहीं घटता नहीं घट घट जाए ने जो गिणिया किले के बज के देना दुध पट्ठे रज के खा के इन्होंने नहीं देना अपने तजर्बे मुताबिक कितनी देर मझा चराइए घट तो घट जो दुध भी ना घटा मझा भी खुश रहने चराइया का तो यही है जी बैठी कई चलो कोई 2 घंटे मैं कोई जगह खुली हुई 2-3 घंटे फराटी कराई दे जाके नुहालियाँ दुआलियाँ बरांडे बने होने बन गए पट्ठे हो गया यानी कि थोड़ा कहना है कि अगर 2-3 घंटे भी बिल्कुल फिर भी दुध नहीं कटा नहीं फिर नहीं कटा सही है तो अगर बहुत ही देर धुप्पे रहनगियां हाँ जी बहुत देर धुप्पे रहनगियां फिर कख भी मैं ठंड ठंड करनगियां बाल्टियां खाली सही हो गया ठीक है जबरदस्त। मज तू ज्यादा तो ज्यादा किन्ने सूए लेने चाहिए ने एक मज को यह 4-5 सूए चुंगी 4 सूए है झोटी लाइए दूसरी दूसरी क्यों ना लाइए दूसरी पहलन लेनी चाहिए कहते ने पहलन का दुध घट हुंदा घट भी नहीं हुंदा पहलन का भी कोई नुकसान नहीं कोई नुकसान ठीक हो गया। अच्छा भाई हलील दुध तुसी आप ही सेल करदे हो? हां जी आप ही करदे किथे दुध सेल करन जांदे हो? अहीं शहर जांदे आ सियालकोट जी सियालकोट सेल करन जांदे हो जी ते दुध जड़ा वे ओ किन्ने रुपए तुहानू किलो रेट मिलदा है? ओ जी साही दिने 90 रुपए किलो 90 रुपए खालस प्योर किवें दा डंगर थलू चोणा आइंदा जी क्या बात है डंगर उठे नहीं एक कतरा भी पानी नहीं एक कतरा भी राम है अपने दे जबरदस्त ते जड़ा तुसी दुध च पानी नहीं पांदे बिल्कुल ईमानदारी नाल काम करदे हो जी जी ते अल्लाह फिर तुहानू फल की लांदा है? अल्लाह ही रात बड़ा स्वादी रिज़्क़ दिंदी भी बड़ा सोहना। अच्छा हाँ बड़ा बार यानी मुतमिन तुसी पूरे गए अल्लाह दे फज़ल करम ते जड़े भाई इस काम च आना चाहते ने जी और वो सोड़े ही जांदे ने यानी दुध विच पानी भी पा लेंदे ने या फिर वो किसी होर वजह नाल जी जी दुध दे विच थोड़ा वाधा घाटा कर लेंदे ने उन्हां नूं की मशवरा देना चाहोगे? उन्हां आखो वा दुध खालस बेचो ते कोई घाटा नहीं इस रिज़्क़ विच लगा तुहाडे विच। अच्छा हाँ जी लहरियां थोड़ी मेहनत लगेगी लेकिन ਉਹਦਾ ਫਿਰ ਫਾਇਦਾ ਵੀ ਲੱਭੇਗਾ। ਹਾਂ ਬਿਲਕੁਲ ਫਿਰ ਇਹ ਤੇ ਹੈ ਫਾਇਦਾ ਲੱਭੇਗਾ ਮਿਹਨਤ ਬਹੁਤੀ ਉਹਦੇ ਤੇ। ਹਾਂ ਤੇ ਤੁਹਾਡੀ ਨਜ਼ਰ ਤੁਹਾਡਾ ਤਜਰਬਾ ਕੀ ਆਂਦਾ? ਸਾਡਾ ਤਜਰਬਾ ਲੈ ਰਹੀਆਂ ਹੀ ਹੁਣ ਦੇ ਉਹ ਰੋਜ਼ ਦੇ ਰੋਜ਼ ਪੈਸੇ ਕਮਾਣ ਕਮਾਈ ਜਾਣ ਖਾਈ ਜਾਣ ਕੋਈ ਤੁਹਾਨੂੰ ਦੇਈ ਜਾਣ। ਸਹੀ ਹੋ ਗਿਆ। ਹਾਂਜੀ ਹੁਣ ਬੜਾ ਹੀ ਅਹਿਮ ਨੁਕਤਾ ਹੈ ਜਦੋਂ ਲਹਿਰੀ ਮੱਝ ਸੁੱਕ ਜਾਂਦੀ ਹੈ ਤੇ ਫਿਰ ਕੀ ਕਰੀਏ? ਉਹ ਫੱਜੀ 12 ਮਹੀਨੇ ਤੇ ਲਹਿਰੀ ਵੀ ਨਹੀਂ ਰਹਿੰਦੀ। ਉਹ ਵੀ ਤੁਹਾਡੀ ਗੱਲ ਸਹੀ ਹੈ ਲੇਕਿਨ ਸਾਨੂੰ ਇਹ ਗੱਲ ਦੱਸੋ ਕਿ ਜਦੋਂ ਕਿਸਾਨਾਂ ਨੂੰ ਕੋਲ ਸਜਰੀਆਂ ਮੱਝਾਂ ਆਉਂਦੀਆਂ ਨੇ ਜੀ ਜੀ ਫਿਰ ਤੇ ਉਹ ਬੜੇ ਖੁਸ਼ ਹੁੰਦੇ ਨੇ ਫਿਰ ਤੇ ਉਹ ਟਾਰਾ ਮਾਰਦੇ ਨੇ। ਹਾਂਜੀ ਬਿਲਕੁਲ ਤੇ ਜਦੋਂ ਉਹ ਸੁੱਕ ਜਾਂਦੀਆਂ ਨੇ ਫਿਰ ਸਿਰ ਤੇ ਬਾਹਰ ਆ ਕੇ ਰੋਣ ਲੱਗ ਪੈਂਦੇ ਨੇ ਤੇ ਤੁਸੀਂ ਕੀ ਉਹਨਾਂ ਨੂੰ ਸਮਝਾਉਣਾ ਚਾਹੋਗੇ? ਉਹਨੇ ਸਮਝਾਉਣਾ ਕੀ ਹੈ ਫਿਰ ਰੋਣ ਨਹੀਂ ਨਾ ਫਿਰ ਮਤਲਬ 12 ਮਹੀਨੇ ਦੇ ਲਹਿਰੀਆਂ ਇਹਨਾਂ ਰਹਿੰਦੀਆਂ। ਉਹ ਤੁਹਾਡੀ ਗੱਲ ਸਹੀ ਹੈ ਉਹ ਸਾਨੂੰ ਸਕੀਮ ਦੱਸੋ ਨਾ ਕਿ ਅਧੀਆਂ ਲਹਿਰੀਆਂ ਪਾ ਲਈਏ ਜਾਂ ਅਧੀਆਂ ਫਿਰ ਖਾਂਗੜੀਆਂ ਰੱਖ ਲਈਏ ਕਿਸ ਤਰ੍ਹਾਂ ਦਾ ਮਾਮਲਾ ਹੋਏ ਤਾਂ ਕਿ ਉਹ ਵਨ ਨਾਲ ਲੱਗਦਾ ਰਹੇ ਤੇ ਕੰਮ ਚੱਲਦਾ ਰਹੇ ਸਰਕਟ ਕਿਸ ਤਰ੍ਹਾਂ ਚਲਾਈਏ? ਚਲੋ ਜੀ ਕੋਈ ਤੁਸੀਂ ਥੋੜੀਆਂ ਵਿੱਚ ਲਹਿਰੀਆਂ ਪਾ ਲਓ ਕੋਈ ਵਿੱਚ ਖਾਂਗੜੀਆਂ ਖੁੰਗੜੀਆਂ ਪਾ ਲਓ ਇਸ ਤਰ੍ਹਾਂ ਕਰਕੇ ਦੇਖ ਲਓ ਚਲਾ ਕੇ ਲਾ ਚਲਾਏਗਾ ਲਾ ਚਲਾਉਣ ਵਾਲਾ ਠੀਕ ਹੋ ਗਿਆ। ਤੇ ਅਗਰ ਬੰਦੇ ਕੋਲ ਪਹਿਲੀ ਆਪਣੀ ਨਹੀਂ ਜੀ ਉਹ ਇਹ ਕੰਮ ਕਰਨਾ ਚਾਹੁੰਦਾ ਉਦੋਂ ਕੀ ਮਸ਼ਵਰਾ ਦਵੋਗੇ ਔਰ ਜਿਹਦੀ ਪਹਿਲੀ ਆਪਣੀ ਹੈ ਉਹਦਾ ਫਾਇਦਾ ਕੀ ਹੋਏਗਾ ਜਿਹਦੀ ਆਪਣੀ ਨਹੀਂ ਤੇ ਉਹਨੂੰ ਫਾਇਦਾ ਕੀ ਹੋਏਗਾ? ਕਿ ਉਹ ਪਹਿਲੀ ਨਹੀਂ ਆਪਣੀ ਜੀ ਉਹ ਤੇ ਫਿਰ ਭਾਵਨਾ ਮਾਰ ਕੇ ਘਰਦਾਰੀ ਪੂਰਾ ਕਰਦਾ ਜੀ। ਅੱਛਾ ਹਾਂਜੀ ਪਹਿਲੀ ਆਪਣੀ ਹੋਏ ਤੇ ਫਿਰ ਮਜ਼ਾ ਆ ਜੇ ਕੰਮ ਕਰਨ ਦਾ। ਸਹੀ ਹੋ ਗਿਆ ਕਿਉਂਕਿ ਪੱਠਾ ਜੱਥਾ ਘਰ ਦਾ ਹੋਵੇ ਭਾਵੇਂ ਵੰਡਾ ਛੰਡਾ ਹੀ ਮੁੱਲ ਲੈਣਾ ਪਵੇ ਮੈਂ ਸੁੱਕਾ ਸੁੱਕਾ ਡੰਗਰਾਂ ਦਾ ਪੱਠਾ ਹਰਾ ਦੇ ਬਣ ਜਾਂਦਾ ਨਾ ਫਿਰ ਘਰ ਦਾ ਇੱਕ ਚੀਜ਼ ਬਿਲਕੁਲ
फिर वो मैंने ठीक रहना कहने मुल हर शह मुल पानी तो फिर वह फिर मर गए घर का रही सही हो गया पूरा हों वंडे चाहिए अजकल मैं चोकर चाकर ही पाने चूड़ी छुड़ी भी चोकर कौड़ी खाल ठीक है कोई मिठी खाल पा ली मिठी पांदे ने स्याल विच मिठी अजकल थोड़ी नाल कौड़ी भी पा लैंदी मैं तुहानू पुछना वा कि अगर एक बंदा डंगर उहने रखे ने जी उहनू कोई इस तरह दा वंडा दसो अपने तजर्बे दे मुताबिक सोच के दसो कि किहड़ा वंडा सब तो बेहतरीन वंडा है जिहदे नाल मज्जां भी सोहणियां रहन उहनां दी सेहत भी बरकरार रहे लिसियां भी ना होण ते उहनां दा दुध भी ठीक रहे उह किहड़ा वंडा जिहड़ा ना उह मज्ज नूं देणा चाहीदा सब तो बेहतर फिर आ खा लईए बड़ेमियां दी आह मिठी खा इहदा की फायदा मतलब इहदा फायदा ठीक रहिंदा दुध शुद्ध भी इहदे नाल नहीं मतलब फर्क पैंदा डंगर रहिया ठीक रहिंदा वंडा अच्छा ते इह किस तरह दईए और किन्नी क दईए इक मज्ज नूं एक मज्ज नूं कम पेश भी जी चार किलो वंडा खाल होनी चाहिए दी। दो किलो सुबह दो किलो शाम बेच को किलो दूसरी अच्छा बेच चोकर भी बड़े बड़े लाग लग देने हाँ जी लेकिन ओदा फिर रिजल्ट भी तो देख सकते हो हाँ जी हाँ जी ते आखिर ते कोई सानू मशवरा तन ऐसी गल सानू दस दो जिहड़ी सदका जा रही है बन जे और एक ऐसा मशवरा होए जिहड़े किसान वीरां नू और किसान भरावां नू तुहाडी गल दा फायदा हुंदा रहे आखिर ते सानू गल ऐसा मशवरा दस दो हाँ जी ते इह कम अगर करिए ते किहड़ी किहड़ी गल दा ध्यान रखिए मैं जी कम करो ध्यान की है बस अल्लाह ही तवक्कल काम ठीक ही रहेगा इंशाल्लाह ताला अच्छा हां जी यानी तुसी अगर मेहनत करदे हो तो फिर नुकसान कोई नहीं हां मेहनत दा सिला अल्लाह दी जात फिर दिंदी है जी जी बहुत शुक्रिया हलील भाई तुसी बड़ी कीमती मालूमात दित्तियां ने जजाक